ਇਹ ਜਿਹੜਾ ਦਿਨ ਹੁੰਦਾ ਵਾ ਸਪੈਸ਼ਲ ਬੱਚਿਆਂ ਵਾਸਤੇ ਹੁੰਦਾ ਵਾ 29 ਫਰਵਰੀ ਜਿਹੜੀ ਆ ਕਦੇ ਕਦੇ ਕਿਸੇ ਕਿਸੇ ਵਾਸਤੇ ਆਉਂਦੀ ਆ। ਇਹ ਸਪੈਸ਼ਲ ਕਹਿ ਸਕਦੇ ਆ ਜੀ? ਹਾਂਜੀ ਜੀ ਸਪੈਸ਼ਲ ਬੱਚਾ ਜੀ। ਹਾਂਜੀ ਕਿੰਨੀ ਖੁਸ਼ੀ ਆ ਜੀ ਹੁਣ? ਬਹੁਤ ਜ਼ਿਆਦਾ ਜੀ। ਕਿੱਦਾਂ ਮਨਾਈ ਜਾ ਰਹੀ ਹੈ? ਨੱਚ ਕੇ ਜੀ। ਡੀਜੇ ਵਗੈਰਾ ਲਾ ਕੇ? ਹਾਂਜੀ ਲਾਵਾਂਗੇ ਜੀ। ਅਸੀਂ ਤਾਂ ਬੁਰਜੀ ਪਿੰਡ ਦੇ ਰਹਿਣ ਵਾਲੇ ਆ ਜੀ। ਨਾਮ ਗੁਰਮੀਤ ਕੌਰ। ਕੀ ਕਹਿਣਾ ਚਾਹੋਗੇ ਕਿ ਸਪੈਸ਼ਲ ਬੱਚਾ ਤੁਹਾਡਾ ਮੰਨਿਆ ਗਿਆ ਜੀ? ਹਾਂਜੀ ਜੀ ਸਪੈਸ਼ਲ ਡੇ ਆ ਸਾਡੇ ਵਾਸਤੇ, 29 ਫਰਵਰੀ ਨੂੰ ਸਾਡੇ ਬੇਟੇ ਦਾ ਜਨਮ ਦਿਨ ਆਉਂਦਾ, 4 ਸਾਲ ਸਾਨੂੰ ਵੇਟ ਕਰਨੀ ਪੈਂਦੀ ਆ। ਅੱਜ ਤਾਂ ਬਹੁਤ ਜਸ਼ਨ ਨਾਲ ਅਸੀਂ ਮਨਾਵਾਂਗੇ ਆਪਣੇ ਬੇਟੇ ਦਾ, ਇੰਜੋਏ ਕਰਕੇ ਨੱਚ ਭੰਗੜਾ ਪਾ ਕੇ। ਕਹਿੰਦੇ ਬੱਚਾ ਬੜਾ ਜਿੱਦ ਕਰਦਾ ਕਿਸੇ ਦਾ ਜਨਮ ਦਿਨ ਆਉਂਦਾ ਕਿ ਮੇਰਾ ਜਨਮ ਦਿਨ ਕਦੋਂ ਆਊਗਾ ਜੀ? ਹਾਂਜੀ ਵੇਟ ਕਰਦੇ ਰਹਿੰਦੇ ਆ, ਬਸ 4 ਸਾਲ ਬਾਅਦ ਫਿਰ ਖੂਬ ਮਨਾਈਦਾ ਬਸ। ਰਿਸ਼ਤੇਦਾਰ ਪਹੁੰਚੇ? ਹਾਂਜੀ ਜੀ ਪਹੁੰਚੇ, ਨਾਨਕੇ ਦਾਦਕੇ ਸਾਰੇ ਪਹੁੰਚੇ ਆ। ਲੱਗਦਾ ਕਿ ਕਾਫੀ ਖੁਸ਼ੀ ਹੁੰਦੀ ਹੈ ਜੀ 4 ਸਾਲ? ਬਹੁਤ ਜ਼ਿਆਦਾ ਜੀ ਬਹੁਤ। ਕਿੰਨੇ ਕੇਕ ਕੱਟੇਗੇ? ਅੱਜ 4 ਕੇਕ ਕੱਟਾਂਗੇ ਜੀ। ਕਿੱਦਾਂ ਜਸ਼ਨ ਮਨਾਇਆ ਜਾ ਰਿਹਾ ਜੀ? ਨੱਚ ਫੁੱਟ ਕੇ ਇੰਜੋਏ ਕਰਕੇ ਬਸ ਜੀ। ਪਰ ਬੱਚਾ ਜਿੱਦ ਨਹੀਂ ਕਰਦਾ ਕਿ 4 ਸਾਲ ਬਾਅਦ ਮੇਰਾ ਕਿਉਂ ਕੇਕ ਕੱਟਿਆ ਇਹਦਾ? ਨਹੀਂ ਇੰਨਾ ਨਹੀਂ ਕਰਦਾ, ਕਿਉਂਕਿ ਉਹਨੂੰ ਪਤਾ ਹੈ ਕਿ ਇਹ ਜਿਹੜਾ ਦਿਨ ਹੁੰਦਾ ਵਾ ਸਪੈਸ਼ਲ ਬੱਚਿਆਂ ਵਾਸਤੇ ਹੁੰਦਾ ਵਾ 29 ਫਰਵਰੀ ਜਿਹੜੀ ਆ ਕਦੇ ਕਦੇ ਕਿਸੇ ਕਿਸੇ ਵਾਸਤੇ ਆਉਂਦੀ ਆ। ਇਹ ਸਪੈਸ਼ਲ ਕਹਿ ਸਕਦੇ? ਹਾਂਜੀ ਜੀ ਸਪੈਸ਼ਲ ਬੱਚਾ ਜੀ। ਹਾਂਜੀ ਕਿੰਨੀ ਖੁਸ਼ੀ ਹੈ ਜੀ ਹੁਣ? ਬਹੁਤ ਜ਼ਿਆਦਾ ਜੀ। ਕਿੱਦਾਂ ਮਨਾਈ ਜਾ ਰਹੀ ਹੈ? ਨੱਚ ਕੇ ਜੀ। ਹਾਂਜੀ ਲਾਵਾਂਗੇ ਜੀ। ਹਾਂਜੀ ਕੀ ਨਾਮ ਹੈ ਜੀ? ਸ਼ੋਭਾ। ਕੀ ਕਹਿਣਾ ਚਾਹੋਗੇ ਕਿੱਥੇ ਪਹੁੰਚੇ ਤੇ ਕੀ ਪ੍ਰੋਗਰਾਮ? ਅੱਜ ਭਾਂਜੇ ਦਾ ਜਨਮ ਦਿਨ ਆ, ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ 4 ਸਾਲ ਬਾਅਦ ਉਹਦਾ ਬਰਥਡੇ ਹੈ, ਸੈਲੀਬ੍ਰੇਟ ਹੋ ਰਿਹਾ। ਬਹੁਤ ਸਾਰੇ ਬਰਥਡੇ ਦੇਖਿਆ ਬਟ ਆਹ ਵਾਲਾ ਬਰਥਡੇ ਪਹਿਲੀ ਵਾਰੀ ਦੇਖਣ ਜਾ ਰਹੇ ਹੈ ਕਿ ਜਿਹੜਾ 4 ਸਾਲ ਬਾਅਦ ਕੀਤਾ ਜਾਂਦਾ ਵਾ। ਔਰ ਇਹ ਬਹੁਤ ਹੀ ਜ਼ਿਆਦਾ ਧੂਮਧਾਮ ਨਾਲ ਸੈਲੀਬ੍ਰੇਸ਼ਨ ਕਰ ਰਹੇ ਹਾਂ। ਇਹ ਲੱਗਦਾ ਕਿ ਇਹ ਸਪੈਸ਼ਲ ਬੱਚਾ ਹੈ? ਹਾਂਜੀ ਸਪੈਸ਼ਲ ਚਾਈਲਡ ਆ। ਕਹਿੰਦੇ ਕਿ ਮਾਮੀ ਨੂੰ ਬੜਾ ਚੌਂਕ ਹੈਗਾ 4 ਸਾਲ ਬਾਅਦ ਜਨਮ। ਹਾਂਜੀ ਕਾਫੀ ਜ਼ਿਆਦਾ। ਤੇ ਕੇਕ ਵਗੈਰਾ ਲੈਂਦਾ ਗਿਆ ਜੀ? ਹਾਂਜੀ ਉਹਦੀ ਡਿਮਾਂਡ ਤੇ ਲਿਆਂਦਾ ਗਿਆ ਪਬਜੀ ਵਾਲਾ। ਅੱਛਾ ਪਬਜੀ ਵਾਲਾ। ਹਾਂਜੀ 4 ਸਾਲ ਬਾਅਦ ਮਨਾਇਆ ਜਾਂਦਾ ਜਨਮ? ਹਾਂਜੀ ਉਹਦਾ 4 ਸਾਲ ਬਾਅਦ ਮਨਾਇਆ ਜਾਂਦਾ। ਲੱਗਦਾ ਜਿੱਥੇ ਬੱਚੇ ਨੂੰ ਤੇ ਉੱਥੇ ਤੁਹਾਨੂੰ ਵੇਟ ਕਰਨੀ ਪੈਂਦੀ 4 ਸਾਲ ਬਾਅਦ? ਹਾਂਜੀ ਕਰਨੀ ਪੈਂਦੀ ਹੈ ਜੀ ਬੱਚੇ ਦਾ। ਮਾਮੀ ਮਾਮਾ ਆਉਣਗੇ? ਹਾਂਜੀ। ਕੀ ਨਾਮ ਹੈ ਜੀ ਕਿੱਥੇ ਰਹਿਣ ਵਾਲੇ? ਮੇਰਾ ਨਾਮ ਸਤਨਾਮ ਸਿੰਘ ਹੈ, ਮੈਂ ਦੁਰਗੀ ਦਾ ਰਹਿਣ ਵਾਲਾ ਆ। ਹਾਂਜੀ ਕੀ ਗੱਲ? ਅੱਜ ਮੇਰੇ ਬੇਟੇ ਦਾ ਜਨਮ ਦਿਨ ਆ, 4 ਸਾਲ ਬਾਅਦ ਜਨਮ ਦਿਨ ਆਉਂਦਾ ਉਹਦਾ 29 ਤਰੀਕ ਨੂੰ। 4 ਸਾਲ ਅਸੀਂ ਪੂਰੀ ਇਹਦੇ ਜਨਮ ਦਿਨ ਦੀ ਵੇਟ ਕਰੀ ਦੀ ਆ ਮਨਾਉਣ ਵਾਸਤੇ ਖੁਸ਼ੀਆਂ ਦੇ ਨਾਲ। ਤੇ ਕਿੰਨੀ ਖੁਸ਼ੀ ਹੁੰਦੀ ਹੈ ਕਿ 4 ਸਾਲ ਬਾਅਦ ਜਨਮ ਦਿਨ ਆਉਂਦਾ ਸਪੈਸ਼ਲ ਬੱਚਾ ਜੀ? ਸਪੈਸ਼ਲ ਬੱਚਾ ਜੀ, ਆਹ ਵੇਖੋ ਕਿੰਨੀ ਖੁਸ਼ੀ ਹੈਗੀ ਸਾਰੇ ਪਾਸੇ। ਰਿਸ਼ਤੇਦਾਰ ਪਹੁੰਚੇ ਜੀ? ਆਹ ਵੇਖੋ ਇਹ ਤੁਹਾਡੇ ਕੋਲ ਹੀ ਆ ਸਾਰੇ। ਪਰ ਬੱਚਾ ਜਿੱਦ ਨਹੀਂ ਕਰਦਾ ਕਿ ਮੇਰਾ 4 ਸਾਲ ਬਾਅਦ ਜਨਮ ਹੁੰਦਾ ਜੀ? ਉਹ ਆਉਂਦਾ ਕਿ ਮੇਰਾ ਮਨਾਓ 4 ਸਾਲ ਬਾਅਦ। ਅਰੇ ਕਿੰਨੇ ਕੇਕ ਕੱਟੇ ਗਏ ਜੀ? 4 4 ਸਾਲ ਬਾਅਦ ਦੇ 4 ਕੇਕ। ਤੇ ਉਹ ਲੱਗਦਾ ਫਿਰ 4 ਸਾਲ ਬਾਅਦ ਵੇਟ ਕਰਨੀ ਪਵੇਗੀ? 4 ਸਾਲ ਬਾਅਦ ਵੇਟ ਪੂਰੀ ਹੋਏਗੀ। ਕਿੰਨੀ ਖੁਸ਼ੀ ਹੋ ਰਹੀ ਜੀ ਅੱਜ? ਬਹੁਤ ਜ਼ਿਆਦੀ। ਜਨਮ ਦਿਨ ਕਿੱਦਾਂ ਮਨਾਇਆ ਜਾ ਰਿਹਾ? ਜਨਮ ਦਿਨ ਭਾਈ ਆ ਡੀਜੇ ਲੱਗ ਰਹੇ ਨੇ, ਭੰਗੜੇ ਪੈ ਰਹੇ ਨੇ। ਅਸੀਂ ਤਾਂ ਬੁਰਜੀ ਪਿੰਡ ਦੇ ਰਹਿਣ ਵਾਲੇ ਆ ਜੀ। ਨਾਮ ਗੁਰਮੀਤ ਕੌਰ। ਕੀ ਕਹਿਣਾ ਚਾਹੋਗੇ ਕਿ ਸਪੈਸ਼ਲ ਬੱਚਾ ਤੁਹਾਡਾ ਮੰਨਿਆ ਗਿਆ ਜੀ? ਹਾਂਜੀ ਜੀ ਸਪੈਸ਼ਲ ਡੇ ਆ ਸਾਡੇ ਵਾਸਤੇ, 29 ਫਰਵਰੀ ਨੂੰ ਸਾਡੇ ਬੇਟੇ ਦਾ ਜਨਮ ਦਿਨ ਆਉਂਦਾ, 4 ਸਾਲ ਸਾਨੂੰ ਵੇਟ ਕਰਨੀ ਪੈਂਦੀ ਆ। ਅੱਜ ਤਾਂ ਬਹੁਤ ਜਸ਼ਨ ਨਾਲ ਅਸੀਂ ਮਨਾਵਾਂਗੇ ਆਪਣੇ ਬੇਟੇ ਦਾ, ਇੰਜੋਏ ਕਰਕੇ ਨੱਚ ਭੰਗੜਾ ਪਾ ਕੇ। ਕਹਿੰਦੇ ਬੱਚਾ ਬੜਾ ਜਿੱਦ ਕਰਦਾ ਕਿਸੇ ਦਾ ਜਨਮ ਦਿਨ ਆਉਂਦਾ ਕਿ ਮੇਰਾ ਜਨਮ ਦਿਨ ਕਦੋਂ ਆਊਗਾ ਜੀ? ਹਾਂਜੀ ਵੇਟ ਕਰਦੇ ਰਹਿੰਦੇ ਆ, ਬਸ 4 ਸਾਲ ਬਾਅਦ ਫਿਰ ਖੂਬ ਮਨਾਈਦਾ ਬਸ। ਅੱਜ ਰਿਸ਼ਤੇਦਾਰ ਪਹੁੰਚੇ ਜੀ? ਹਾਂਜੀ ਜੀ ਪਹੁੰਚੇ, ਨਾਨਕੇ ਦਾਦਕੇ ਸਾਰੇ ਪਹੁੰਚੇ ਆ। ਲੱਗਦਾ ਕਿ ਕਾਫੀ ਖੁਸ਼ੀ ਹੁੰਦੀ ਹੈ ਜੀ 4 ਸਾਲ? ਬਹੁਤ ਜ਼ਿਆਦਾ ਜੀ ਬਹੁਤ। ਕਿੰਨੇ ਕੇਕ ਕੱਟੇਗੇ ਜੀ? ਅੱਜ 4 ਕੇਕ ਕੱਟਾਂਗੇ ਜੀ। ਕਿੱਦਾਂ ਜਸ਼ਨ ਮਨਾਇਆ ਜਾ ਰਿਹਾ ਜੀ? ਨੱਚ ਫੁੱਟ ਕੇ ਇੰਜੋਏ ਕਰਕੇ ਬਸ ਜੀ। ਪਰ ਬੱਚਾ ਜਿੱਦ ਨਹੀਂ ਕਰਦਾ ਕਿ 4 ਸਾਲ ਬਾਅਦ ਮੇਰਾ ਕਿਉਂ ਕੇਕ ਕੱਟਿਆ ਇਹਦਾ? ਨਹੀਂ ਇੰਨਾ ਨਹੀਂ ਕਰਦਾ, ਕਿਉਂਕਿ ਉਹਨੂੰ ਪਤਾ ਹੈ ਕਿ ਇਹ ਜਿਹੜਾ ਦਿਨ ਹੁੰਦਾ ਵਾ ਸਪੈਸ਼ਲ ਬੱਚਿਆਂ ਵਾਸਤੇ ਹੁੰਦਾ ਵਾ 29 ਫਰਵਰੀ ਜਿਹੜੀ ਆ ਕਦੇ ਕਦੇ ਕਿਸੇ ਕਿਸੇ ਵਾਸਤੇ ਆਉਂਦੀ ਆ। ਇਹ ਸਪੈਸ਼ਲ ਕਹਿ ਸਕਦੇ ਜੀ? ਹਾਂਜੀ ਜੀ ਸਪੈਸ਼ਲ ਬੱਚਾ ਜੀ। ਹਾਂਜੀ ਕਿੰਨੀ ਖੁਸ਼ੀ ਹੈ ਜੀ ਹੁਣ? ਬਹੁਤ ਜ਼ਿਆਦਾ ਜੀ। ਕਿੱਦਾਂ ਮਨਾਈ ਜਾ ਰਹੀ ਹੈ? ਨੱਚ ਕੇ ਜੀ। ਡੀਜੇ ਵਗੈਰਾ ਲਾ ਕੇ? ਹਾਂਜੀ ਲਾਵਾਂਗੇ ਜੀ।